ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸ਼ਾਂਤੀ ਦਾਦੀ ਚੈਨਲ ਦੇ ਉੱਪਰ। ਅੱਜ ਆਪਾਂ ਬਣਾਵਾਂਗੇ ਜੀ ਨਾਰੀਅਲ ਦੀ ਚਟਣੀ। ਇਹ ਚਟਣੀ ਹੈ ਜਿਹੜੀ ਜ਼ਿਆਦਾਤਰ ਸਾਊਥ ਇੰਡੀਅਨ ਰੈਸਪੀਜ਼ ਦੇ ਨਾਲ ਸਰਵ ਕੀਤੀ ਜਾਂਦੀ ਹੈ, ਜਿਵੇਂ ਕਿ ਇਡਲੀ, ਡੋਸਾ ਵਗੈਰਾ ਨਾਲ। ਅਤੇ ਇਹਨੂੰ ਆਪਾਂ ਪਰਾਂਠੇ ਦੇ ਨਾਲ ਵੀ ਸਰਵ ਕਰ ਸਕਦੇ ਹਾਂ, ਕਿਉਂਕਿ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਤੁਸੀਂ ਵੀ ਜ਼ਰੂਰ ਟਰਾਈ ਕਰਿਓ। ਚਲੋ ਜੀ, ਬਣਾਉਣਾ ਸ਼ੁਰੂ ਕਰਦੇ ਹਾਂ। ਨਾਰੀਅਲ ਦੀ ਚਟਨੀ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਲਿਆ ਕੱਦੂਕਸ ਕੀਤਾ ਹੋਇਆ ਨਾਰੀਅਲ, ਫਿਰ ਆਪਾਂ ਇੱਕ ਲਿਆ ਪਿਆਜ਼, ਇਹਨੂੰ ਆਪਾਂ ਬਰੀਕ ਕੱਟ ਲਿਆ। 3-4 ਕਲੀਆਂ ਲਈਆਂ ਆਪਾਂ ਲਸਣ ਦੀਆਂ, ਅਤੇ 1/2 ਚਮਚ ਨਮਕ ਦਾ, 4-5 ਆਪਾਂ ਲਈਆਂ ਹਰੀਆਂ ਮਿਰਚਾਂ, ਅਤੇ ਇਹ ਲਈ ਹੈ ਆਪਾਂ ਭੁੱਜੇ ਹੋਏ ਛੋਲਿਆਂ ਦੇ ਦਾਣੇ, ਇਹ ਆਪਾਂ ਥੋੜ੍ਹੇ ਜਿਹੇ ਲੈ ਲੈਣੇ ਹੈ। ਇਹ ਸਾਰਾ ਸਮਾਨ ਆਪਾਂ ਮਿਕਸਚਰ ਜਾਰ ਦੇ ਵਿੱਚ ਪਾ ਕੇ ਥੋੜ੍ਹਾ ਜਿਹਾ ਪਾਣੀ ਪਾ ਕੇ ਪੇਸਟ ਬਣਾ ਲੈਣਾ। ਦੂਸਰੀ ਸਾਈਡ ਆਪਾਂ ਚਟਨੀ ਦਾ ਤੜਕਾ ਤਿਆਰ ਕਰਾਂਗੇ। ਤੜਕਾ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਥੋੜ੍ਹਾ ਜਿਹਾ ਘਿਓ ਪਾ ਕੇ, ਉਹਦੇ ਵਿੱਚ ਆਪਾਂ ਥੋੜ੍ਹੇ ਜਿਹੇ ਸਰ੍ਹੋਂ ਦੇ ਬੀਜ਼ ਪਾ ਕੇ ਉਹਨਾਂ ਨੂੰ ਹਲਕਾ ਜਿਹਾ ਰੋਸਟ ਕਰਾਂਗੇ। ਫਿਰ ਆਪਾਂ ਇਹਦੇ ਵਿੱਚ ਪਾਵਾਂਗੇ 2 ਸਾਬਤ ਲਾਲ ਸੁੱਕੀਆਂ ਮਿਰਚਾਂ, ਹਲਕਾ ਜਿਹਾ ਆਪਾਂ ਇਹਨਾਂ ਨੂੰ ਵੀ ਰੋਸਟ ਕਰਾਂਗੇ। ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮੂੰਗਫਲੀ ਦੇ ਦਾਣੇ, ਮੂੰਗਫਲੀ ਦੇ ਦਾਣੇ ਪਾ ਕੇ ਆਪਾਂ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰਾਂਗੇ। ਇੱਕ ਪਿੰਚ ਪਾਵਾਂਗੇ ਆਪਾਂ ਇਹਦੇ ਵਿੱਚ ਹਿੰਗ ਦੀ। ਹਲਕਾ ਜਿਹਾ ਰੋਸਟ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪੇਸਟ। ਇਹ ਪੇਸਟ ਜਿਹੜਾ ਆਪਾਂ ਨਾਰੀਅਲ ਲਿਆ ਸੀ ਅਤੇ ਪਿਆਜ਼, ਅਤੇ ਉਹਨੂੰ ਆਪਾਂ ਮਿਕਸੀ ਜਾਰ ਦੇ ਵਿੱਚ ਪਾ ਕੇ ਪੇਸਟ ਬਣਾ ਲਿਆ, ਅਤੇ ਉਹ ਪੇਸਟ ਆਪਾਂ ਇਹਦੇ ਵਿੱਚ ਪਾਵਾਂਗੇ। ਹੁਣ ਆਪਾਂ 1 ਮਿੰਟ ਲਈ ਪੇਸਟ ਨੂੰ ਲੋਅ ਫਲੇਮ ਦੇ ਉੱਪਰ ਇਸ ਤਰ੍ਹਾਂ ਪਕਾਵਾਂਗੇ। 1 ਮਿੰਟ ਪੇਸਟ ਨੂੰ ਪਕਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ। ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਹੋਰ ਪੇਸਟ ਨੂੰ ਪਕਾਵਾਂਗੇ। ਜੇ ਤੁਸੀਂ ਚਾਹੋ ਤਾਂ ਅਦਰਕ ਦਾ ਪੇਸਟ ਵੀ ਪਾ ਸਕਦੇ ਹੋ ਨਾਰੀਅਲ ਦੀ ਚਟਨੀ ਵਿੱਚ। ਹਲਕਾ ਜਿਹਾ ਚਟਨੀ ਨੂੰ ਪਕਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਭੁੰਨੇ ਹੋਏ ਜੀਰੇ ਦਾ ਪਾਊਡਰ। ਨਾਰੀਅਲ ਦੀ ਚਟਨੀ ਥੋੜ੍ਹਾ ਜਿਹਾ ਹੋਰ ਗਾੜਾ ਕਰਨ ਲਈ ਆਪਾਂ ਥੋੜ੍ਹਾ ਜਿਹਾ ਹੋਰ ਪਕਾਵਾਂਗੇ। ਤੁਸੀਂ ਦੇਖ ਸਕਦੇ ਹੋ ਚਟਨੀ ਨੂੰ ਉਬਾਲਾ ਆ ਗਿਆ, ਅਤੇ ਹਲਕੀ ਜਿਹੀ ਗਾੜੀ ਵੀ ਹੋ ਗਈ ਹੈ, ਅਤੇ ਚਟਨੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ। ਹੁਣ ਆਪਾਂ ਫਲੇਮ ਹੈ ਜਿਹੜੀ ਔਫ ਕਰ ਦੇਣੀ ਹੈ, ਅਤੇ ਹੁਣ ਆਪਾਂ ਇਹਨੂੰ ਕਿਸੇ ਬਰਤਨ ਦੇ ਵਿੱਚ ਕੱਢ ਲੈਣਾ। ਨਾਰੀਅਲ ਦੀ ਚਟਨੀ ਨੂੰ ਆਪਾਂ ਕੱਚ ਦੇ ਬਰਤਨ ਦੇ ਵਿੱਚ ਕੱਢਾਂਗੇ। ਲਓ ਜੀ, ਨਾਰੀਅਲ ਦੀ ਚਟਨੀ ਹੈ ਜਿਹੜੀ ਆਪਣੀ ਸਰਵ ਕਰਨ ਲਈ ਬਿਲਕੁਲ ਰੈਡੀ ਹੈ। ਹੁਣ ਤੁਸੀਂ ਇਹਨੂੰ ਕਿਸੇ ਵੀ ਸਾਊਥ ਇੰਡੀਅਨ ਡਿਸ਼ ਦੇ ਨਾਲ ਜਾਂ ਪਰਾਂਠਾ ਵਗੈਰਾ ਦੇ ਨਾਲ ਵੀ ਇਹਨੂੰ ਸਰਵ ਕਰ ਸਕਦੇ ਹੋ, ਅਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਤੁਸੀਂ ਵੀ ਜ਼ਰੂਰ ਟਰਾਈ ਕਰਿਓ। ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਹਾਂ ਇੱਕ ਨਵੀਂ ਰੈਸਪੀ ਅਤੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।